ਨਗਰ ਨਿਗਮ ਨੂੰ ਸਮਾਰਟ ਸਿਟੀ ਬਣਾਉਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਗੱਲ ਕਰੀਏ ਨਗਰ ਨਿਗਮ ਅਤੇ ਪ੍ਰਾਈਵੇਟ ਕੰਪਨੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਭਾਗਾਂ ਤੋਂ ਕੂੜਾ ਲਿਫਟ ਕਰਕੇ ਵਾਹਨ ਡੰਪ ਤੱਕ ਲੈ ਕੇ ਜਾਂਦੇ ਹਨ। ਉਹਨਾਂ ਵਾਹਨਾਂ ਵਿੱਚ ਓਵਰਲੋਡ ਕੂੜਾ ਭਰਿਆ ਹੁੰਦਾ ਹੈ, ਜਿਸ ਨਾਲ ਕੂੜਾ ਸੜਕਾਂ ਦੇ ਉੱਪਰ ਖਿਲਰਦਾ ਜਾਂਦਾ ਹੈ, ਜਿਸ ਨਾਲ ਸ਼ਹਿਰ ਦੀ ਦਿੱਖ ਵੀ ਖਰਾਬ ਹੁੰਦੀ ਹੈ। ਇਸੇ ਤਹਿਤ ਜਦੋਂ ਹੈਲਥ ਅਫਸਰ ਕਿਰਨ ਕੁਮਾਰ ਨਾਲ ਗੱਲ ਕੀਤੀ, ਉਹਨਾਂ ਆਖਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਅਤੇ ਜੋ ਵਾਹਨ ਕੂੜਾ ਡੰਪ ਤੱਕ ਲੈ ਕੇ ਜਾਂਦੇ ਹਨ ਉਹਨਾਂ ਵਾਹਨਾਂ ਨੂੰ ਢੱਕਣ ਦੀ ਹਿਦਾਇਤ ਕੀਤੀ ਜਾਵੇਗੀ ਅਤੇ ਜੋ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਉਸ ਉੱਪਰ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਦੇਖੋ, ਇਹ ਅੱਗੇ ਵੀ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਕਿ ਜਿਹੜੀ ਕੰਪਨੀ ਕੂੜੇ ਦੀ ਲਿਫਟਿੰਗ ਕਰ ਰਹੀ ਹੈ ਉਹਦੇ ਵੱਲੋਂ ਜਿਹੜੇ ਵਾਹਨ ਯੂਜ਼ ਕੀਤੇ ਜਾ ਰਹੇ ਹੈ ਉਹ ਉਹਨਾਂ ਦੇ ਵਿੱਚ ਓਵਰਲੋਡਿੰਗ ਹੋ ਜਾਂਦੀ ਹੈ ਅਤੇ ਅਨਕਵਰਡ ਵੀ ਹੁੰਦੇ ਆ, ਜਿਹਦੇ ਕਰਕੇ ਜਿਹੜਾ ਕੂੜਾ ਇੱਕ ਤਾਂ ਉਹਦੀ ਦਿੱਖ ਬੜੀ ਮਾੜੀ ਹੈ, ਦੂਸਰੀ ਗੱਡੀਆਂ ਵਾਲਿਆਂ ਨੂੰ ਜਾਂ ਲੋਕਾਂ ਨੂੰ ਸਮੈਲ ਵੀ ਆ ਸਕਦੀ ਹੈ, ਤੀਸਰਾ ਉਹਦੇ 'ਚ ਜਦੋਂ ਗੱਡੀ ਉੱਛਲਦੀ ਹੈ ਥੋੜ੍ਹਾ ਕਿਤੇ ਸਪੀਡ ਬ੍ਰੇਕਰ 'ਤੇ ਤਾਂ ਕੂੜਾ ਥੱਲੇ ਵੀ ਡਿੱਗ ਸਕਦਾ। ਇਹ ਪਹਿਲੇ ਵੀ ਸਾਡੇ ਸ਼ਿਕਾਇਤ ਸਾਨੂੰ ਮਿਲੀ ਹੈ, ਮਾਣਯੋਗ ਕਮਿਸ਼ਨਰ ਸਾਹਿਬ ਨੇ ਇਹਦੇ ਬਾਰੇ ਸਖ਼ਤ ਹਿਦਾਇਤਾਂ ਜਾਰੀਆਂ ਕੀਤੀਆਂ ਨੇ ਕਿ ਕੰਪਨੀ ਨੂੰ ਇਹ ਦੱਸਿਆ ਜਾਵੇ, ਲਿਖਿਆ ਜਾਵੇ, ਨੋਟਿਸ ਕੀਤਾ ਜਾਵੇ, ਉਹਨਾਂ ਨੂੰ ਇਸ਼ੂ ਕੀਤਾ ਜਾਵੇ ਵੀ ਕੋਈ ਵੀ ਵਹੀਕਲ ਅਨਕਵਰਡ ਤਰੀਕੇ ਦੇ ਨਾਲ ਕੂੜੇ ਦੀ ਲਿਫਟਿੰਗ ਨਹੀਂ ਕਰੇਗਾ। ਜਿਹੜੇ ਵੀ ਵਹੀਕਲ ਦੇ ਵਿੱਚ ਕੂੜੇ ਦੀ ਲਿਫਟਿੰਗ ਕੀਤੀ ਜਾਏਗੀ ਉਹ ਇੱਕ ਪ੍ਰੋਪਰ ਕਵਰਡ ਵਹੀਕਲ ਹੋਣਾ ਚਾਹੀਦਾ, ਜਿਹਦੇ ਨਾਲ ਨਾ ਤਾਂ ਉਹ ਆਪਣਾ ਉਹਨੂੰ ਕੂੜੇ ਨੂੰ ਲਿਜਾਂਦੇ ਵਕਤ ਪਬਲਿਕ ਨੂੰ ਉਹਦੀ ਕੋਈ ਗੰਦੀ ਦਿੱਖ ਮਹਿਸੂਸ ਹੋਵੇ ਜਾਂ ਉਹਦੇ 'ਚ ਕੋਈ ਸਮੈਲ ਆਵੇ ਜਾਂ ਕੂੜਾ ਸੜਕ 'ਤੇ ਡਿੱਗ ਕੇ ਜਿਹੜਾ ਕਿ ਗੰਦਗੀ ਫੈਲਾਵੇ। ਇਹ ਮਾਣਯੋਗ ਕਮਿਸ਼ਨ ਸਾਹਿਬ ਵੱਲੋਂ ਸਖ਼ਤ ਹਿਦਾਇਤਾਂ ਦਿੱਤੀਆਂ ਜਾ ਚੁੱਕੀਆਂ, ਹੁਣ ਅਸੀਂ ਕੰਪਨੀ ਨੂੰ ਇਸ ਬਾਰੇ ਪ੍ਰੋਪਰ ਲਿਖਾਂਗੇ, ਪਹਿਲੇ ਵੀ ਲਿਖਿਆ ਦੁਬਾਰਾ ਫਿਰ ਲਿਖਾਂਗੇ ਕਿ ਕੂੜੇ ਦੀ ਲਿਫਟਿੰਗ ਜਦੋਂ ਵੀ ਸ਼ਹਿਰ 'ਚ ਇੱਕ ਜਗ੍ਹਾ ਤੋਂ ਡੰਪ ਦੇ ਉੱਤੇ ਕੀਤੀ ਜਾਣੀ ਹੈ ਉਹ ਪ੍ਰੋਪਰ ਕਵਰਡ ਵਹੀਕਲ ਦੇ ਵਿੱਚ ਹੀ ਕੀਤੀ ਜਾਵੇ। ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਵੱਖ ਵੱਖ ਉਪਰਾਲੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ। ਗੱਲ ਕਰੀਏ ਜਿਹੜੇ ਵਾਹਨ ਕੂੜਾ ਡੰਪ ਤੱਕ ਲੈ ਕੇ ਜਾ ਰਹੇ ਹਨ ਉਹ ਕੂੜਾ ਓਵਰਲੋਡ ਲੈ ਕੇ ਜਾ ਰਹੇ ਹਨ, ਜਿਸ ਨਾਲ ਸਾਰਾ ਕੂੜਾ ਸੜਕਾਂ ਦੇ ਉੱਪਰ ਖਿਲਾਰਦੇ ਜਾ ਰਹੇ ਹਨ। ਇਸੇ ਸੰਬੰਧ ਵਿੱਚ ਜਦੋਂ ਹੈਲਥ ਅਫਸਰ ਡਾਕਟਰ ਕਿਰਨ ਨਾਲ ਗੱਲ ਕੀਤੀ ਉਹਨਾਂ ਨੇ ਆਖਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਜਿਹੜੇ ਵਾਹਨ ਇਸ ਤਰ੍ਹਾਂ ਦੇ ਕੰਮ ਕਰ ਰਹੇ ਹਨ ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਕਾਰਵਾਈ ਕੀਤੀ ਜਾਵੇਗੀ। ਦੇਖਣਾ ਹੋਵੇਗਾ ਕਿ ਜਿਹੜੇ ਵਾਹਨ ਕੂੜਾ ਖਿਲਾਰਦੇ ਜਾਂਦੇ ਹਨ ਸੜਕਾਂ ਦੇ ਉੱਪਰ ਓਵਰਲੋਡ ਕੂੜਾ ਡੰਪ ਤੱਕ ਲੈ ਕੇ ਜਾ ਰਹੇ ਹਨ ਉਹਨਾਂ ਦੇ ਉੱਪਰ ਕਾਰਵਾਈ ਕਦੋਂ ਹੁੰਦੀ ਹੈ। ਅੰਮ੍ਰਿਤਸਰ ਫਾਸਟਵੇ ਖਬਰਾਂ ਲਈ ਕੈਮਰਾਮੈਨ ਪਰਿਸ਼ਰਮਾ ਦੇ ਨਾਲ ਰਕੇਸ਼ ਕੁਮਾਰ।